प्रार्थना करनी सिखाई है प्रभु जी ने, उस प्रार्थना नूं प्रभु ने एक तरीका दस्या कि तुसी किस तरह प्रार्थना करनी है, किवें तुसी प्रार्थना करनी है। प्रभु जी दे चेले प्रभु जी नूं कहिंदे कि जिवें यूहन्ना ने अपने चेलियां नूं प्रार्थना करनी सिखाई है ना, जिवें ओह ते उसदे चेले प्रार्थना करदे ने, ते प्रभु यीशु जी प्रभु जी तुसीं सानूं भी सिखाओ, सानूं भी प्रार्थना करनी दसो, असीं किस तरह प्रार्थना करिए, किवें असीं प्रार्थना करिए। बोलो हालेलुया। ते प्रभु जी कहिंदे जदों भी तुसीं प्रार्थना करो ते इह जरूर कहना कि हे पिता तू जो स्वर्ग च है, तू किथे आ? स्वर्ग दे विच आ। हे मेरे पिता तू जो स्वर्ग दे विच आ, ते तेरा की होवे? तेरा नाम पाक मन्या जावे। क्यों? प्रभु जी ने कहा है तेरा जेड़ा नाम है ना वो पाक मन्या जावे, पवित्र मन्या जावे स्वर्ग दे विच ते धरती ते। जेड़े धरती दे लोक आ ना ਉਹ ਇਦਾਂ ਇਸ ਤਰ੍ਹਾਂ ਪ੍ਰਾਰਥਨਾ ਕਰਨ, ਤੇ ਤੁਸੀਂ ਵੀ ਇਸ ਤਰ੍ਹਾਂ ਪ੍ਰਾਰਥਨਾ ਕਰਨੀ ਆ ਕਿ ਹੇ ਪਿਤਾ ਤੂੰ ਜੋ ਕਿੱਥੇ ਆ? ਸਵਰਗ ਦੇ ਵਿੱਚ ਆ। ਜਿਹੜਾ ਸਾਡਾ ਪਿਤਾ ਆ ਨਾ ਉਹ ਕਿੱਥੇ ਆ? ਸਵਰਗ ਦੇ ਵਿੱਚ ਆ। ਤੇ ਅਸੀਂ ਜਦੋਂ ਪ੍ਰਾਰਥਨਾ ਕਰਦੇ ਆ ਨਾ ਪ੍ਰਭੂ ਦੇ ਅੱਗੇ, ਤੇ ਪ੍ਰਭੂ ਜੀ ਤੁਰੰਤ ਸਾਡੇ ਵਿੱਚ ਆ ਜਾਂਦੇ ਨੇ। प्रभु जी ने क्या है 82 जबूर दे विच, क्या है कि परमेश्वर दी मंडली दे विच परमेश्वर आप खलोता है। ओ प्रभु जी है ना। ते जदों असीं अपने पिता नूं पकारदे आ ना ते पिता की करदा साडे विच आ जांदा है। ताइए ते प्रभु जी कहिंदे ने अपने छिगिरदां नूं अपने चेलियां नूं कि तुसीं जदों प्रार्थना करो हे पिता। अज पता किस तरह लोक बहुत सारे प्रार्थना करदे ने, पिता तो शुरू नहीं करदे। ये भी असीं की करदे हां? हुक्म तोड़दे हां। प्रार्थना दे बारे असीं सीखना आ। प्रार्थना वचन दे अनुसार ही करनी है। जदों भी तुसी प्रार्थना शुरू करो ना ते करना है स्वर्गीय पिता तेरा धन्नवाद है ना, पिता तो शुरू करनी है ते पिता तो ही खत्म होवे, फिर प्रभु की करनगे तुहानू बरकत देनगे। एक ऐत है यूहन्ना दी अंजील दे विच कि उह समा आउंदा है कि सिगो हुणे आ जो मेरे सच्चे भगत आ ना रूह ते सच्चाई दे नाल पिता दी भगती करनगे, ते पिता एहो जे भगतां नूं की करदा आ पसंद करदा आ। जेड़े उहदे भगत जेड़े ना रूह ते सच्चाई दे नाल, जो असीं सच्चाई दे नाल प्रभु दे अगे प्रार्थना करांगे ना रूह दे नाल, पहली गल है भी पहली दे गल है भी तुहाडे विच रूह जिहड़ा आ ना तुहाडा अपना ना अपना ना होवे। पवित्र आत्मा जिहड़ी है ना रूह, प्रभु दा रूह जिहड़ा उह तुहाडे विच होवे। पहले तो प्रार्थना करने तो पहले तुहाडा जिहड़ा रूह है ना बुराई वाल जाण वाला पाप करने वाला
ਨਿੰਦਿਆ ਕਰਨ ਵਾਲਾ, ਚੁਗਲੀ ਕਰਨ ਵਾਲਾ, ਹੇਰਾ ਫੇਰੀ ਕਰਨ ਵਾਲਾ, ਇਹ ਕੀ ਹੋਵੇ ਤੁਹਾਡੇ ਤੋਂ ਦੂਰ? ਉਹਨੂੰ ਛੱਡ ਕੇ ਫੇਰ ਪ੍ਰਭੂ ਦੇ ਅੱਗੇ ਆਉਣਾ, ਫਿਰ ਪ੍ਰਭੂ ਦੇ ਅੱਗੇ ਬੈਠ ਕੇ ਪ੍ਰਾਰਥਨਾ ਕਰਨੀ ਆ, ਫਿਰ ਪ੍ਰਭੂ ਦੀ ਆਰਾਧਨਾ ਤੁਸੀਂ ਕਰਨੀ ਆ, ਫਿਰ ਕੀ ਕਰੇਗਾ ਪ੍ਰਭੂ? ਤੁਹਾਨੂੰ ਟੱਚ ਕਰੇਗਾ। ਉਹ ਸਮਾਂ ਜਿਹੜਾ ਹੋਣ ਆ ਪ੍ਰਾਰਥਨਾ ਕਰਨ ਦਾ, ਕੀ ਮੁਰਦੇ ਜਿਹੜੇ ਨੇ ਖਾਕ ਤੇਰੀ ਆਰਾਧਨਾ ਕਰਨਗੇ? ਮਰਨ ਤੋਂ ਬਾਅਦ ਚ ਤੁਸੀਂ ਪ੍ਰਾਰਥਨਾ ਨਹੀਂ ਕਰ ਸਕਦੇ, ਕਿਉਂਕਿ ਮੁਰਦੇ ਜਿਹੜੇ ਆ ਉਹ ਪਰਮੇਸ਼ਵਰ ਦੀ ਉਪਾਸਨਾ ਕਰਦੇ ਨਹੀਂ ਆ। ਇਸ ਕਰਕੇ ਹੁਣ ਸਮਾਂ ਆ ਮੇਰੀਓ ਭੈਣੋ, ਮੇਰੇ ਭਰਾਓ, ਹੁਣ ਸਮਾਂ ਆ, ਅੱਜ ਸਮਾਂ ਆ ਤੁਹਾਡੇ ਲਈ। ਹੁਣ ਤੁਸੀਂ ਕੀ ਕਰੋ? ਬੈਠ ਕੇ ਪ੍ਰਾਰਥਨਾ ਕਰੋ, ਆਰਾਧਨਾ ਕਰੋ ਉਹਦੀ, ਤਾਂ ਕਿ ਜਦੋਂ ਅਸੀਂ ਆਪਣੇ ਪਿਤਾ ਦੇ ਕੋਲ ਜਾਈਏ ਤੇ ਉਦੋਂ ਸ਼ਰਮਿੰਦੇ ਨਾ ਹੋਈਏ। ਪ੍ਰਭੂ ਦਾ ਰੂਪ, ਪ੍ਰਭੂ ਦੀ ਸਮਰਥ ਨੂੰ ਨਾਲ ਲੈ ਕੇ ਜਾਈਏ, ਆਪਣੀ ਭਗਤੀ ਨੂੰ ਨਾਲ ਲੈ ਕੇ ਜਾਈਏ, ਬੰਦਗੀ ਨੂੰ ਨਾਲ ਲੈ ਕੇ ਜਾਈਏ, ਕਿਉਂਕਿ ਭਗਤੀ ਆ ਤੇ ਵੱਡੀ ਖੱਟੀ ਆ। ਉਹ ਜੇ ਭਗਤੀ ਆ ਤੇ ਫੇਰ ਹੀ ਖੱਟੀ ਆ, ਭਗਤੀ ਕਰੋਗੇ ਤੇ ਫੇਰ ਹੀ ਤੁਸੀਂ ਆਪਣੇ ਪਿਤਾ ਦੇ ਕੋਲ ਜਾਓਗੇ। ਜਿਵੇਂ ਕਹਿੰਦੇ ਨੇ, ਖੱਟਣ ਗਿਆ ਸੀ ਤੇ ਖੱਟ ਕੇ ਕੀ ਲਿਆਂਦਾ? ਪ੍ਰਭੂ ਜੀ ਨੇ ਤੁਹਾਨੂੰ ਖੱਟਣ ਲਈ ਭੇਜਿਆ ਇਸ ਧਰਤੀ ਤੇ ਕਿ ਤੁਸੀਂ ਕੁਝ ਖੱਟੋ, ਕੁਝ ਕਮਾਓ। ਉਸਦੇ ਨਾਮ ਦੀ ਕਮਾਈ ਕਰ ਲਓ, ਉਹਦੀ ਬੰਦਗੀ ਦੀ ਕਮਾਈ ਕਰੋ, ਦਾਨ ਪੁੰਨ ਦੀ ਤੇ ਮੈਂ ਗੱਲ ਹੀ ਨਹੀਂ ਕਰਦਾ। ਕਈ ਕੁਝ ਲੋਕ ਦਾਨ ਪੁੰਨ ਕਰਦੇ ਨੇ, ਪ੍ਰਾਰਥਨਾ ਹੀ ਕਰਦੇ, ਉਹ ਸੋਚਦੇ ਕਿ ਅਸੀਂ ਦਾਨ ਦੇ ਨਾਲ ਹੀ ਸਵਰਗ ਚ ਚਲੇ ਜਾਵਾਂਗੇ, ਲੰਗਰ ਲਾ ਦੇਵਾਂਗੇ ਤੇ ਚਲੋ ਜੀ ਸਵਰਗ ਚ ਚਲੇ ਜਾਵਾਂਗੇ, ਥੋੜਾ ਸਮਾਂ ਜੁੱਤੀਆਂ ਜੱਤੀਆਂ ਸਾਫ਼ ਕਰ ਲਈਆਂ ਸਵਰਗ ਚ ਚਲੇ ਜਾਵਾਂਗੇ, ਥੋੜਾ ਸਮਾਂ ਕੁਝ ਨਾ ਕੁਝ ਕਰ ਲਿਆ ਤੇ ਸਵਰਗ ਚ ਚਲੇ ਜਾਵਾਂਗੇ। ਮੇਰੀ ਉਹ ਭੈਣ, ਸਵਰਗ ਚ ਅਗਰ ਜਾਣਾ ਆ ਤੇ ਜਿਵੇਂ ਸਾਡਾ ਪਿਤਾ ਕਹਿੰਦਾ ਆ ਓਦਾਂ ਸਾਨੂੰ ਕਰਨਾ ਚਾਹੀਦਾ ਆ, ਫਿਰ ਅਸੀਂ ਸਵਰਗ ਚ ਜਾਵਾਂਗੇ। ਓਨਾ ਚਿਰ ਸਵਰਗ ਚ ਜਾਵਾਂਗੇ ਨਹੀਂ ਆ। ਪ੍ਰਭੂ ਕਹਿੰਦਾ ਹਰ ਵੇਲੇ ਕੀ ਕਰੋ? ਪ੍ਰਾਰਥਨਾ ਕਰੋ, ਨਿਤ ਪ੍ਰਾਰਥਨਾ ਕਰੋ, ਤੇ ਫਿਰ ਜਾਗਦੇ ਵੀ ਰਹੋ। ਹਨਾ, ਜਾਗਣਾ ਹੈ ਅਸੀਂ। ਇਹ ਆਲਸੀ ਆ, ਤੂੰ ਕਦੋਂ ਨੀਂਦ ਤੋਂ ਜਾਗੇਗਾ? ਕਦੋਂ ਪ੍ਰਭੂ ਦੇ ਕੋਲ ਆਏਗਾ? ਕਦੋਂ ਪ੍ਰਭੂ ਦੇ ਚਰਨਾਂ ਦੇ ਵਿੱਚ ਆਏਗਾ? ਕਦੋਂ ਤੋਬਾ ਕਰੇਗਾ? ਕਦੋਂ ਮੁੜੇਗਾ? ਪ੍ਰਭੂ ਕੀ ਕਰ ਰਿਹਾ? ਤੁਹਾਡੀ ਅਡੀਕ ਕਰ ਰਿਹਾ ਹੈ। ਇਸ ਕਰਕੇ ਮੇਰੀ ਤੁਹਾਡੇ ਅੱਗੇ ਦਰਖਾਸਤ ਆ ਕਿ ਜਦੋਂ ਵੀ ਪ੍ਰਾਰਥਨਾ ਕਰੋ ਨਾ, ਪਿਤਾ ਨੂੰ ਭੁੱਲਿਓ ਨਾ, ਪਿਤਾ ਨੂੰ ਜ਼ਰੂਰ ਲੈਣਾ। ਪਿਤਾ ਤੋਂ ਸ਼ੁਰੂ ਕਰਨੀ ਹੈ, ਵਚਨ ਦੇ ਵਿੱਚ ਪ੍ਰਭੂ ਨੇ ਕਿਹਾ। ਕਈ ਉਰਦੂ ਦੀ ਦੁਆ ਕਰਦੇ, ਹੇ ਕਾਦਲੇ ਮੁਤਬਲ, ਹਨਾ, ਪਰ ਪਿਤਾ ਜਿਹੜਾ ਸਵਰਗ ਦੇ ਵਿੱਚ ਹੈ ਨਾ, ਉਹ ਸਾਡੀ ਪ੍ਰਾਰਥਨਾ ਸੁਣਦਾ ਹੈ। ਉਹ ਕੀ ਕਰਦਾ ਹੈ? ਧਰਮੀਆਂ ਦੇ ਧਰਮੀ ਜਦੋਂ ਉਹਦੇ ਅੱਗੇ ਦੁਹਾਈ ਦਿੰਦੇ ਆ ਨਾ, ਧਰਮੀ ਲੋਕ ਜਿਹੜੇ ਧਰਮੀ ਨੇ, ਧਰਮੀ ਜਦੋਂ ਧਰਮੀ ਲੋਕ ਪ੍ਰਭੂ ਦੇ ਅੱਗੇ ਦੁਹਾਈ ਦਿੰਦੇ ਆ ਨਾ, ਤੇ ਪ੍ਰਭੂ ਉਹਨਾਂ ਦੀ ਦੁਹਾਈ ਨੂੰ ਸੁਣ ਕੇ ਫਿਰ ਉਹਨਾਂ ਨੂੰ ਉੱਤਰ ਵੀ ਦਿੰਦਾ ਹੈ। ਇਹ ਥੋੜਾ ਕਿ ਉੱਤਰ ਨਹੀਂ ਦਿੰਦਾ। ਉਹ ਧਰਮੀ ਦੁਆ ਕਰਨ, ਧਰਮੀ ਰੂਹ ਸੱਚਾਈ ਦੇ ਨਾਲ ਉਹਦੇ ਕਦਮਾਂ ਚ ਬੈਠੇ ਹੋਣ, ਤੇ ਉਹਦਾ ਪਿਤਾ ਜਿਹੜਾ ਸਵਰਗ ਦੇ ਵਿੱਚ ਆ, ਭਲਾ ਤੁਹਾਡੀ ਸੁਣੇ ਨਾ, ਕਦੇ ਹੋ ਹੀ ਨਹੀਂ ਸਕਦਾ।
प्रभु कोई बोलाया कि तुहाडी आवाज ना सुने, वो कोई मरिया थोड़ा जा बोतिया, वो ते जिउंदा आया, जदों मर्जी पकार के वेख लो उस वेले की करेगा आ जाएगा। प्रभु बहुत महान है। प्रार्थना करो, हे पिता